ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, RSS ਵੱਲੋਂ ਆਪਣੀਆਂ ਛਾਪੀਆਂ ਕਿਤਾਬਾਂ ਵਿੱਚ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਨਾਲ ਕੀਤੀ ਗਈ ਛੇੜਛਾੜ ਨੂੰ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੜੇ ਹੱਥੀ ਲਿਆ ਹੈ। ਸਾਡੇ ਸਿੱਖ ਇਤਿਹਾਸ ਨੂੰ ਢਾਲ ਲਾਈ ਜਾ ਰਹੀ ਹੈ। ਜਿਹੜੀਆਂ ਸਿੱਖ ਵਿਰੋਧੀ ਸ਼ਕਤੀਆਂ ਨੇ ਉਹ ਐਸੇ ਘਿਨਾਉਣੇ ਹਰਕਤਾਂ ਕਰਦੀਆਂ ਨੇ ਸਾਡੇ ਇਤਿਹਾਸ ਨੂੰ, ਗੁਰਮਤ ਨੂੰ ਵਿਰੁੱਧ ਜਿਹੜੀ ਐਸੇ ਕੰਮ ਕਰਦੀਆਂ ਨੇ। ਸਾਨੂੰ ਸਾਰਿਆਂ ਨੂੰ ਮਿਲ ਕੇ ਏਕਤਾ ਨਾਲ ਐਸੀਆਂ ਸ਼ਕਤੀਆਂ ਦਾ ਜਿਹੜਾ ਹੈ ਵਿਰੋਧ ਵੀ ਕਰਨਾ ਚਾਹੀਦਾ, ਉਹਨਾਂ ਦਾ ਟਾਕਰਾ ਵੀ ਚਰਨ ਕਰਨਾ ਚਾਹੀਦਾ। ਜਿਹੜਾ ਵੀ ਕੋਈ ਵੀ ਐਸਾ ਕੰਮ ਘਿਨਾਉਣੀ ਹਰਕਤ ਕਰਦਾ ਉਹਨੂੰ ਮੂੰਹ ਤੋੜਵਾ ਜਵਾਬ ਸਾਨੂੰ ਸਾਰਿਆਂ ਨੂੰ ਮਿਲ ਕੇ ਦੇਣਾ ਚਾਹੀਦਾ। ਸੋ ਅਸੀਂ ਮੈਸਾਂ ਦਾ ਸਾਡਾ ਰਿਸਰਚ ਬੋਰਡ ਵੀ ਅੱਜ ਅਸੀਂ ਇੱਕ ਹੋਰ ਵੀ ਨਵੀਂ ਕਮੇਟੀ ਬਣਾਉਣ ਜਾ ਰਹੇ ਹਾਂ ਜਿਹੜੇ ਸਾਰੇ ਸਿਲੇਬਸਾਂ ਦਾ ਅਧਿਐਨ ਕਰੂਗੀ, ਭਾਵੇਂ ਪੰਜਾਬ ਦੇ ਵਿੱਚ ਹੈ ਭਾਵੇਂ ਦੂਜੀਆਂ ਸਟੇਟਾਂ ਦੇ ਵਿੱਚ ਹੈ। ਉਹਦੇ ਲਈ ਇੱਕ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਐਸੀ ਵਿਦਵਾਨਾਂ ਦੀ ਸਿੱਖ ਇਤਿਹਾਸਕਾਰਾਂ ਦੀ ਜਿਹੜੀ ਹੈ ਉਹ ਕਮੇਟੀ ਬਣਾਵਾਂਗੇ ਤਾਂ ਕਿ ਉਹ ਸਾਰੇ ਸਿਲੇਬਸਾਂ ਦਾ ਘੋਖ ਕਰੇ, ਜਿੱਥੇ ਵੀ ਕੋਈ ਗਲਤੀਆਂ ਪਾਈ ਜਾਂਦੀਆਂ ਨੇ ਉਹਨੂੰ ਸਹੀ ਕੀਤਾ ਜਾਵੇ। ਨਾਲ ਹੀ ਉਹਨਾਂ ਨੇ ਟੋਂਗੀ ਸਵਾਮੀ ਨਰਾਇਣ ਦਾਸ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਿਰ ਦੇ ਤਾਜ ਦੇ ਬਾਰੇ ਬੋਲੇ ਗਏ ਮਾੜੇ ਸ਼ਬਦਾਂ ਬਾਰੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉੱਤੇ ਕਿੰਤੂ ਪਰੰਤੂ ਕਰਨ ਤੇ ਕੜਾ ਰੁੱਖ ਇਖਤਿਆਰ ਕਰਦਿਆਂ ਕੇਸ ਦਰਜ ਕਰਵਾਇਆ ਹੈ। ਉਹਨਾਂ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਨੂੰ ਖਤਮ ਕਰਨ ਵਾਸਤੇ ਸਾਰੀ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈ ਤਾਂ ਜੋ ਕੌਮ ਨੂੰ ਢਾਲ ਲਾਉਣ ਵਾਲੀਆਂ ਸਿੱਖ ਵਿਰੋਧੀ ਤਾਕਤਾਂ ਨੂੰ ਨੱਥ ਪਾਈ ਜਾ ਸਕੇ। ਉਹ ਤੇ ਬਹੁਤ ਮਾੜੀ ਗੱਲ, ਗੁਰੂ ਅਰਜਨ ਦੇਵ ਸਾਹਿਬ ਪੰਚਮ ਪਾਤਸ਼ਾਹ ਔਰ ਜਿਨ੍ਹਾਂ ਦੀ ਸ਼ਹਾਦਤ ਬਹੁਤ ਵੱਡੀ ਸ਼ਹਾਦਤ ਹੋਈ ਹੈ ਉਹਨਾਂ ਦੇ ਬਾਰੇ ਜੋ ਗੱਲ ਕੀਤੀਆਂ ਨੇ ਬਹੁਤ ਘਿਨਾਉਣੀਆਂ ਗੱਲਾਂ ਕੀਤੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੇ ਖਿਲਾਫ ਜਿਹੜਾ ਅਸੀਂ ਪਰਚਾ ਵੀ ਕਰਾਇਆ ਔਰ ਅਸੀਂ ਸਰਕਾਰ ਨੂੰ, ਮੈਂ ਬੜੀ ਸ਼ਕਤੀ ਨਾਲ ਇਹ ਗੱਲ ਕਹਿਣਾ ਕਿ ਸਰਦਾਰ ਆਪਣੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਵੀ ਉਹਦੇ ਨਾਲ ਸਖਤੀ ਪੇਸ਼ ਆਵੇ, ਉਹਨੂੰ ਜਲਦੀ ਤੋਂ ਜਲਦੀ ਜਿਹੜਾ ਖਿਰਫਤਾਰ ਕਰਕੇ ਅੰਦਰ ਕਰਨ ਤਾਂ ਕਿ ਸਾਡੀ ਸਿੱਖ ਕੌਮ ਦੇ ਮਨ ਜਿਹੜੇ ਨੇ ਉਹ ਸ਼ਾਂਤ ਹੋਣ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ ਇਸ ਮਾਮਲੇ ਦੇ ਉੱਤੇ ਆਪਣੀ ਕੜੀ ਪ੍ਰਤੀਕਿਰਿਆ ਦਿੱਤੀ ਸੀ। SGPC ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ਼੍ਰੀ ਦਮਦਮਾ ਸਾਹਿਬ ਨੇ ਵੀ ਇਸ ਦੇ ਉੱਤੇ ਆਪਣੀ ਕੜੀ ਪ੍ਰਤੀਕਿਰਿਆ ਦਿੱਤੀ ਹੈ। ਪਿਛਲੇ ਕੁਝ ਲੰਬੇ ਅਰਸੇ ਤੋਂ ਸਿੱਖ ਧਰਮ ਦੇ ਉੱਤੇ ਲਗਾਤਾਰ ਜਿਹੜੇ ਆ ਉਹ ਹਮਲੇ ਦਿਨ ਬ ਦਿਨ ਵੱਧਦੇ ਜਾ ਰਹੇ ਆ। ਕਿਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ, ਕਿਤੇ ਐਸੀਆਂ ਕਿਤਾਬਾਂ ਸਾਹਮਣੇ ਆ ਜਾਂਦੀਆਂ ਜਿਹਦੇ ਵਿੱਚ ਸਿੱਖ ਗੁਰੂ ਸਾਹਿਬਾਨਾਂ ਦੇ ਖਿਲਾਫ਼ ਜਾਂ ਸਿੱਖ ਸਿਧਾਂਤਾਂ ਦੇ ਖਿਲਾਫ਼ ਟਿੱਪਣੀਆਂ ਹੁੰਦੀਆਂ, ਕਿਤੇ ਕੋਈ ਬੰਦਾ ਜਿਹੜਾ ਹੈ ਉਹ ਵੀਡੀਓ ਵਾਇਰਲ ਕਰਦਾ ਹੈ ਜਿਹਦੇ ਵਿੱਚ ਉਹ ਬਹੁਤ ਹੀ ਅਪੱਧਰ ਟਿੱਪਣੀਆਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰੇ ਕਰਦਾ ਹੈ, ਤਾਂ ਇਹ ਲਗਾਤਾਰ ਜਿਹੜੇ ਸਿੱਖ ਧਰਮ ਦੇ ਉੱਤੇ ਹਮਲੇ ਹੋ ਰਹੇ ਆ, ਇਹਨਾਂ ਨੇ ਹਮਲਿਆਂ ਨੇ ਸਿੱਖ ਜਗਤ ਨੂੰ ਵਾਕਈ ਚਿੰਤਾ ਦੇ ਵਿੱਚ ਪਾਇਆ ਹੋਇਆ। ਅਸੀਂ ਖੁਦ ਚਿੰਤਾ ਦੇ ਵਿੱਚ ਹੈ ਕਿ ਸਿੱਖਾਂ ਨੂੰ ਨਿਸ਼ਾਨਾ ਜਿਹੜਾ ਉਹ ਕਿਉਂ ਬਣਾਇਆ ਜਾ ਰਿਹਾ, ਵਾਰ ਵਾਰ ਸਿੱਖ ਧਰਮ ਦੇ ਉੱਤੇ, ਸਿੱਖ ਸਿਧਾਂਤਾਂ ਦੇ ਉੱਤੇ, ਸਿੱਖ ਇਤਿਹਾਸ ਦੇ ਉੱਤੇ, ਸਿੱਖ ਪਰੰਪਰਾਵਾਂ ਦੇ ਉੱਤੇ ਹਮਲੇ ਜਿਹੜੇ ਆ ਉਹ ਕਿਉਂ ਹੋ ਰਹੇ ਆ, ਔਰ ਕਿਤੇ ਨਾ ਕਿਤੇ ਇਹ ਘੱਟ ਗਿਣਤੀਆਂ ਖਿਲਾਫ਼ ਜਿਹੜੀ ਹੈ ਉਹ ਬਹੁਤ ਵੱਡੀ ਸਾਜਿਸ਼ ਦੀ ਬੂ ਨਜ਼ਰ ਆਉਂਦੀ ਹੈ ਸਾਨੂੰ। ਤੁਹਾਨੂੰ ਦੱਸ ਦਈਏ ਕਿ SGPC ਵੱਲੋਂ ਸਿੱਖ ਵਿਦਵਾਨਾਂ ਅਤੇ ਇਤਿਹਾਸਕਾਰਾਂ ਦੀ ਇੱਕ ਕਮੇਟੀ ਬਣਾਈ ਜਾ ਰਹੀ ਹੈ ਜੋ ਸਿੱਖ ਧਰਮ ਨਾਲ ਸੰਬੰਧਿਤ ਸਾਰੇ ਸਿਲੇਬਸ ਦੀ ਜਾਂਚ ਕਰੇਗੀ। ਹੁਣ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਮੇਟੀ ਆਪਣੇ ਕਾਰਜਾਂ 'ਚ ਕਿੰਨਾ ਕੀ ਖਰਾ ਉਤਰਦੀ ਹੈ ਅਤੇ ਢੋਂਗੀ ਹਿੰਦੂ ਸੰਤ ਨਰਾਇਣ ਦਾਸ ਦਾ ਆਖਿਰ ਕੀ ਹੁੰਦਾ ਹੈ। ਜੇ ਵਿਚਾਰ ਚੰਗੇ ਲੱਗੇ ਹੋਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ 'ਚ ਤੁਸੀਂ ਵਿਅਕਤ ਕਰ ਹੀ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।